ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਗਾਈਸ, ਅੱਜ ਆਪਾਂ ਪੀਜ਼ੇ ਦੀ ਵੀਡੀਓ ਲੈ ਕੇ ਆਏ ਹਾਂ। ਸੋ ਗਾਈਸ, ਤੁਸੀਂ ਦੇਖੋ ਪੀਜ਼ੇ ਦੀ ਵੀਡੀਓ ਅਤੇ ਇੰਜੋਏ ਕਰੋ। ਸੋ ਗਾਈਸ, ਚਲੋ ਜੀ ਸਟਾਰਟ ਕਰੀਏ। ਸੋ ਗਾਈਸ, ਇਹ ਰਹੀ ਆਪਣੀ ਸ਼ਿਮਲਾ ਮਿਰਚ, ਸ਼ਿਮਲਾ ਮਿਰਚ, ਪਿਆਜ਼, ਅਤੇ ਇੱਥੋਂ ਆਪਾਂ ਗੈਸ ਔਨ ਕਰ ਲਵਾਂਗੇ। ਗੈਸ ਔਨ ਕਰਨ ਤੋਂ ਬਾਅਦ ਉੱਪਰ, ਸੋ ਗਾਈਸ, ਛੋਟੀ ਕੜਾਹੀ, ਕੜਾਹੀ ਦੇ ਵਿੱਚ ਤੇਲ ਪਾਇਆ, ਥੋੜ੍ਹਾ ਜ਼ਿਆਦਾ ਪੈ ਗਿਆ, ਤੁਸੀਂ ਘੱਟ ਪਾਈਓ। ਅਤੇ ਆ ਰਹੀਆਂ ਸ਼ਿਮਲਾ ਮਿਰਚ, ਤੁਹਾਨੂੰ ਪਹਿਲਾਂ ਦੱਸ ਚੁੱਕੇ, ਇਹ ਆਪਾਂ ਵਿੱਚ ਪਾ ਦਾਂਗੇ। ਸੋ ਗਾਈਸ, ਸਾਨੂੰ ਜਿੱਦਾਂ ਪਤਾ ਹੀ ਆ, ਆਪਾਂ ਵਿੱਚ ਆਵਾਜ਼ ਵੂਜ਼ ਨਹੀਂ ਆਪਾਂ ਵਿੱਚ ਰੱਖਦੇ, ਅਤੇ ਸੁਣਦਾ ਨਹੀਂ ਹੁੰਦਾ। ਸੋ ਘਰ ਦੇ ਵੀ ਗੱਲਬਾਤ ਨਾਲ ਆਪਾਂ ਵੀਡੀਓ ਬਣਾਈ ਦੀ ਆ, ਇਸ ਕਰਕੇ ਵਿੱਚ ਸੁਣੇ ਨਾ, ਇਸ ਕਰਕੇ ਆਪਾਂ ਆਵਾਜ਼ ਬੰਦ ਕਰ ਦੇ ਦੀ ਆ, ਵੋਇਸ ਬਾਅਦ 'ਚੋਂ ਭਰਦੇ ਹਾਂ ਆਪਾਂ। ਅਤੇ ਸ਼ਿਮਲਾ ਮਿਰਚ ਪਾ ਦਿਓ ਵਿੱਚ, ਅਤੇ ਵਿੱਚ ਆਪਾਂ ਨਾ ਪੀਜ਼ੇ 'ਚ ਗਾਰਲਿਕ ਵੀ ਪਾਵਾਂਗੇ, ਅਤੇ ਅੱਗੇ ਅੱਗੇ ਦੇਖਦੇ ਰਹੋ, ਬਹੁਤ ਡਿਫਰੈਂਟ ਪੀਜ਼ਾ ਬਣਾਵਾਂਗੇ ਆਪਾਂ। ਅਤੇ ਤੇਲ ਥੋੜ੍ਹਾ ਜ਼ਿਆਦਾ ਪੈ ਗਿਆ, ਤੁਸੀਂ ਘੱਟ ਪਾ ਲਈਓ, ਵਿੱਚ ਨਮਕ ਪਾ ਲਈਓ ਜਾਂ ਥੋੜ੍ਹੀ ਜਿਹੀ ਭੁੰਨ ਜਾਊਂਗੀ। ਅਤੇ ਇਹ ਰਿਹਾ ਆਪਣਾ ਨਮਕ, ਨਮਕ ਨੂੰ ਇਹ 'ਚ ਪਾ ਲਵਾਂਗੇ, ਜਿੱਦਾਂ ਦੇਖੋ ਪੂਰਾ ਮਿਕਸ ਕਰ ਲਵਾਂਗੇ। ਫਿਰ ਆਪਾਂ ਇਹਨੂੰ ਪਲੇਟ 'ਚ ਪਾ ਲਵਾਂਗੇ। ਪਲੇਟ 'ਚ ਪਾਉਣ ਤੋਂ ਬਾਅਦ ਫਿਰ ਆਪਾਂ ਇੱਦਾਂ ਯਾਨੀ ਕਿ ਸੈੱਟ ਸੁੱਟ ਕਰ ਲਓ। ਸੋ ਗਾਈਸ, ਸਾਡੇ ਕੋਲ ਜੇ ਔਰਗੈਨੋ ਵੀ ਆ ਵਿੱਚ ਪਾ ਸਕਦੇ ਹਾਂ ਤੁਸੀਂ, ਜਿਹਦਾ ਤੜਕਾ ਜਿਹਾ ਲਾਇਆ ਇਹਦਾ ਵਿੱਚ ਪਾ ਸਕਦੇ, ਸਾਡੇ ਕੋਲ ਸੀਗਾ ਨਹੀਂ। ਅਤੇ ਆਪਾਂ ਦੇਖਦੇ ਰਹੋ ਤੁਸੀਂ ਆਪਾਂ ਅੱਜ ਕੀ ਪਾਇਆ ਵਿੱਚ। ਅਤੇ ਇੱਦਾਂ ਬ੍ਰੈਡ ਲੈ ਕੇ ਕੱਚੀ ਯਾਨੀ ਕਿ ਹਾਲੇ ਪੈਕਟ 'ਚੋਂ ਕੱਢੀ ਆ, ਵਿੱਚ ਕੁਛ ਨਹੀਂ ਕੀਤਾ ਹਜੇ। ਆ ਰਹੀ ਆਪਣੀ ਪੀਜ਼ਾ ਸੌਸ, ਮਿਓਨੀ ਵੀ ਨਹੀਂ ਸੀਗੀ ਸਾਡੇ ਕੋਲ, ਅਤੇ ਚੀਜ਼ ਵੀ ਨਹੀਂ ਸੀ। ਆਪਾਂ ਫਿਰ ਪਨੀਰ ਲਿਆਂਦਾ ਬਾਹਰੋਂ, ਪਨੀਰ ਨੂੰ ਕਰਕੇ ਉਹ ਕੱਦੂਕਸ ਫਿਰ ਵਿੱਚ ਪਾ ਲਿਆ। ਸੋ ਗਾਈਸ, ਆਪਾਂ ਚੀਜ਼ ਇਸ ਕਰਕੇ ਨਹੀਂ ਪਾਈ, ਫੈਟ ਆ ਜਾਂਦੀ ਆ, ਅਤੇ ਇਸ ਕਰਕੇ ਆਪਾਂ ਸਿੱਧਾ ਫਿਰ ਪਨੀਰ ਪਾ ਲਿਆ, ਪਨੀਰ ਨੂੰ ਕੱਦੂਕਸ ਕਰ ਲਿਆ ਸੀ। ਅਤੇ ਇੱਦਾਂ ਸਾਰਿਆਂ ਨੂੰ ਲਾ ਲਓ ਪੀਜ਼ਾ ਸੌਸ। ਆ ਦੇਖੋ ਆਪਾਂ ਕੱਦੂਕਸ ਕਰ ਲਿਆ ਪਨੀਰ ਨੂੰ, ਬਾਹਰੋਂ ਖਰੀਦਿਆ ਸੀ, ਕਰੀਬ 40 ਰੁਪਏ ਦਾ ਸੀਗਾ ਇਹ। ਅਤੇ ਇੱਦਾਂ ਆਪਾਂ ਸਬਜ਼ੀਆਂ ਫਿਲ ਕਰ ਦੇਵਾਂਗੇ ਉਹਦੇ ਉੱਤੇ। ਅਤੇ ਗਾਈਸ, ਆਪਾਂ ਇੱਦਾਂ ਦੇ ਸਾਰਿਆਂ ਵਿੱਚ ਕਰ ਦੇਵਾਂਗੇ ਸਾਰੇ ਫਿਲ। ਅਤੇ ਬਾਕੀ ਆ ਪਿਆ ਵਾ ਬਚਾ ਲਾਂਗੇ, ਫਿਰ ਆਪਾਂ ਚੀਜ਼ ਪਾ ਲਵਾਂਗੇ ਅਤੇ ਇੱਦਾਂ ਚੀਜ਼ ਪਾ ਲਓ। ਅਤੇ ਰੈੱਡ ਚਿੱਲੀ ਵੀ ਪਾ ਲਿਓ ਮਿਰਚ। ਅਤੇ ਜਿੱਦਾਂ ਆਪਾਂ ਸਾਰੇ ਕਿਤੇ ਫਿਲ ਕਰ ਲਏ ਆ, ਆਪਾਂ ਕੋਲ ਹੈਗੇ ਆ ਗਾਰਲਿਕ, ਲਸਣ, ਇਹ ਆਪਾਂ ਹੈਗਾ, ਆਪਾਂ ਇਹ ਵੀ ਪਾ ਲਿਆ ਉੱਪਰ, ਛੋਟੇ ਛੋਟੇ ਕੱਟ ਕੇ ਪਾ ਲਏ ਸੀ, ਕੱਦੂਕਸ ਕੀਤਾ ਥੋੜ੍ਹਾ ਜਿਹਾ ਪਾ ਲਿਆ, ਇੰਨਾ ਟੇਸਟ ਹੋਰ ਵਧੀਆ ਆ ਜਾਂਦਾ ਹੁੰਦਾ ਵਾ। ਅਤੇ ਆਹ ਦੇਖੋ ਗਾਈਸ, ਰੈੱਡ ਚੀਲੀ ਫਲੇਕ ਗਾਈਸ। ਅਤੇ ਆਪਾਂ ਇੱਦਾਂ ਇੱਦਾਂ ਚਾਰੋਂ ਪੀਸਾਂ ਦੇ ਉੱਤੇ ਪਾ ਲਵਾਂਗੇ। ਅਤੇ ਇੱਦਾਂ ਫਿਰ ਆਪਾਂ ਮਾਈਕਰੋ ਨੂੰ ਥੋੜ੍ਹਾ ਗਰਮ ਕਰ ਲਵਾਂਗੇ, ਆਪਾਂ ਕਰਨ ਲੱਗੇ ਜੀ। ਆਹ ਦੇਖੋ ਕਿੱਡਾ ਵੱਡਾ ਕਮਰਾ ਸਾਡੇ ਕੋਲ, ਕਮਰਾ ਗਾਈਸ। ਅਤੇ ਥੋੜ੍ਹਾ ਆਪਾਂ ਗਰਮ ਕਰਕੇ ਫਿਰ ਉਹਦੇ ਉੱਤੇ ਆਪਾਂ ਇੱਦਾਂ ਪੀਜ਼ੇ ਰੱਖ ਦਾਂਗੇ। ਸਟੈਂਡ ਆ, ਮਾਈਕਰੋਵੇਵ ਸਟੀਲ ਸਟੈਂਡ ਆ ਗਾਈਸ, ਇਹਦੇ ਉੱਤੇ ਆਪਾਂ ਪੀਜ਼ੇ ਪੂਜ਼ੇ ਬਣਾ ਸਕਦੇ, ਦੇਖਣ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ। ਅਤੇ ਆਪਾਂ ਇੱਡੇ ਇੱਡੇ ਰੱਖ ਲਵਾਂਗੇ। ਅਤੇ
ਫਿਰ ਗਾਈਜ਼ ਆਪਾਂ ਇਹਨੂੰ ਇਹਦੇ ਵਿੱਚ ਇੱਦਾਂ ਰੱਖ ਦਾਂਗੇ। ਪਹਿਲਾਂ ਆਪਾਂ ਥੋੜ੍ਹਾ ਜਿਹਾ ਗਰਮ ਕਰ ਚੁੱਕੇ ਹਾਂ ਗਾਈਜ਼, ਸ਼ਾਇਦ ਤੁਹਾਨੂੰ ਅੱਗੇ ਜਾ ਕੇ ਵੀਡੀਓ 'ਚ ਦੱਸ ਵੀ ਦਈਏ ਅਸੀਂ। ਅਤੇ ਗਾਈਜ਼ ਤੁਸੀਂ ਅੱਗੇ ਅੱਗੇ ਦੇਖੀ ਜਾਓ ਵੀਡੀਓ ਨੂੰ ਇੱਦਾਂ। ਇਹਦੀ ਜੇ ਜ਼ਿਆਦਾ ਡਿਟੇਲ ਲੈਣੀ ਚਾਹੁੰਦੀ ਕਮੈਂਟ 'ਚ ਦੱਸਿਓ, ਤੁਹਾਨੂੰ ਰਿਪਲਾਈ ਦੇ ਦੇਵਾਂਗੇ। ਸੋ ਗਾਈਜ਼ ਆਹ ਦੇਖੋ ਆਪਾਂ ਪੀਜ਼ੇ ਨੂੰ ਲਾਹਣ ਡਏ ਪਲੇਟ ਦੇ ਵਿੱਚ। ਸੋ ਗਾਈਜ਼ ਆਹ ਦੇਖੋ ਆਪਾਂ ਬਣ ਕੇ ਸਾਡਾ ਰੈਡੀ ਆ। ਸੋ ਗਾਈਜ਼ ਇੰਜੋਏ ਕਰੋ। ਆਪਾਂ ਇਸ ਤਰ੍ਹਾਂ ਰੱਖਿਆ ਸੀਗਾ ਵਿੱਚ ਥੋੜ੍ਹਾ ਜਿਹਾ ਗਰਮ ਹੋਣ ਲਈ। ਗਾਈਜ਼ ਆਪਾਂ ਪੀਜ਼ਾ ਖਾ ਲਿਆ। ਅਤੇ ਗਾਈਜ਼ ਮੇਰੀ ਵੀਡੀਓ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਐਂਡ ਸ਼ੇਅਰ ਕਰੋ। ਸੋ ਗਾਈਜ਼ ਆਪਾਂ ਹਰ ਰੋਜ਼ ਇੱਦਾਂ ਹੀ ਵੀਡੀਓ ਲੈ ਕੇ ਆਉਂਦੇ ਰਹਾਂਗੇ, ਇੱਕ ਦੋ ਦਿਨ ਛੱਡ ਕੇ। ਤੁਸੀਂ ਇੰਜੋਏ ਕਰਦੇ ਰਹੀਓ ਅਤੇ ਸ਼ੇਅਰ ਕਰਦੇ ਰਹੇ। ਸਬਸਕ੍ਰਾਈਬ ਨਹੀਂ ਜਿਨ੍ਹਾਂ ਨੇ ਕੀਤਾ, ਸਬਸਕ੍ਰਾਈਬ ਕਰਦੇ ਰਹਿਣ। ਇੱਕ ਵਾਰੀ ਸਬਸਕ੍ਰਾਈਬ ਕਰ ਦਈਓ ਅਤੇ ਲਾਈਕ ਕਰ ਦਿਓ, ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ। ਅਤੇ ਗਾਈਜ਼ ਸੋ ਗਾਈਜ਼ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਕਰੀ, ਸਤਿ ਸ਼੍ਰੀ ਅਕਾਲ।